ਗਊਆਂ ਦੇ ਨਾਲ ਭਰੇ ਹੋਏ ਇੱਕ ਟਰੱਕ ਨੂੰ ਜ਼ਬਤ ਕੀਤਾ ਗਿਆ। ਦਰਅਸਲ ਹਿੰਦੂ ਸੰਗਠਨ ਦੇ ਆਗੂਆਂ ਦੇ ਵੱਲੋਂ ਪਹਿਲਾਂ ਤਾਂ ਇਸ ਟਰੱਕ ਦਾ ਪਿੱਛਾ ਕਰਕੇ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਟਰੱਕ ਚਾਲਕ ਦੇ ਵੱਲੋਂ ਲਗਾਤਾਰ ਟਰੱਕ ਨੂੰ ਭਜਾਇਆ ਗਿਆ ਅਤੇ ਕਾਫੀ ਕੜੀ ਮੁਸ਼ਕਲ ਤੋਂ ਬਾਅਦ ਇਸ ਟਰੱਕ ਨੂੰ ਰੋਕਿਆ ਗਿਆ। ਹਾਲਾਂਕਿ ਹਿੰਦੂ ਸੰਗਠਨ ਦੇ ਆਗੂਆਂ ਦਾ ਕਹਿਣਾ ਹੈ ਕਿ ਲਗਾਤਾਰ ਇਸ ਚਾਲਕ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਜਾ ਰਿਹਾ ਸੀ। ਬਾਈਕ ਵੀ ਇਸਦੇ ਅੱਗੇ ਕੀਤਾ ਗਿਆ ਤਾਂ ਜੋ ਇਹ ਟਰੱਕ ਰੋਕਿਆ ਜਾ ਸਕੇ, ਪਰ ਇਸਨੇ ਬਾਈਕ ਨੂੰ ਵੀ ਟੱਕਰ ਮਾਰ ਦਿੱਤੀ। ਇਸਦੇ ਵਿੱਚ ਬਾਈਕ ਸਵਾਰ ਦੀ ਵਾਲ ਵਾਲ ਜਾਨ ਬਚੀ ਹੈ। ਹਾਲਾਂਕਿ ਇਸ ਤੋਂ ਬਾਅਦ ਕਾਰ ਨੂੰ ਅੱਗੇ ਲਾਇਆ ਗਿਆ ਟਰੱਕ ਦੇ, ਜਿਸ ਤੋਂ ਬਾਅਦ ਇਸ ਟਰੱਕ ਨੂੰ ਰੋਕਿਆ ਜਾਂਦਾ ਹੈ ਅਤੇ ਜਦੋਂ ਤਲਾਸ਼ੀ ਲਈ ਜਾਂਦੀ ਹੈ ਤਾਂ ਇਸਦੇ ਪਿੱਛੇ ਕਈ ਗਊਆਂ ਖੜੀਆਂ ਹੋਈਆਂ ਮਿਲਦੀਆਂ ਨੇ। ਹਾਲਾਂਕਿ ਮੌਕੇ 'ਤੇ ਪੁਲਿਸ ਨੂੰ ਵੀ ਬੁਲਾਇਆ ਗਿਆ ਅਤੇ ਪੁਲਿਸ ਦੇ ਵੱਲੋਂ ਹੁਣ ਦੋ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਉੱਥੇ ਹਿੰਦੂ ਸੰਗਠਨ ਦੇ ਆਗੂਆਂ ਦਾ ਕਹਿਣਾ ਹੈ ਕਿ ਧੜੱਲੇ ਦੇ ਨਾਲ ਗਊਆਂ ਦੀ ਤਸਕਰੀ ਕੀਤੀ ਜਾ ਰਹੀ ਹੈ ਅਤੇ ਹੁਣ ਇਹ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਹਿੰਦੂ ਸੰਗਠਨ ਦੇ ਆਗੂ ਇਸ ਟਰੱਕ ਦਾ ਪਿੱਛਾ ਕਰ ਰਹੇ ਸੀ। ਜਿਵੇਂ ਇਸ ਟਰੱਕ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤਾਂ ਇਸਨੇ ਰੋਕਣ ਦੀ ਥਾਂ ਟਰੱਕ ਨੂੰ ਹੋਰ ਭਜਾ ਲਿਆ। ਹਾਲਾਂਕਿ ਇਸ ਨੂੰ ਪਹਿਲਾਂ ਤਾਂ ਬਾਈਕ ਲਗਾ ਕੇ ਇਸਦੇ ਅੱਗੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇਸਨੇ ਬਾਈਕ ਦੇ ਉੱਪਰ ਵੀ ਟਰੱਕ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਪਰ ਵਾਲ ਵਾਲ ਬਾਈਕ ਸਵਾਰ ਦੀ ਜਾਨ ਬਚ ਗਈ, ਜਿਸ ਤੋਂ ਬਾਅਦ ਇਸ ਨੂੰ ਕਾਫੀ ਅੱਗੇ ਜਾ ਕੇ ਕਾਬੂ ਕਰ ਲਿਆ। ਤਾਂ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਫਾਜ਼ਿਲਕਾ ਫਲਾਈਓਵਰ ਦੇ ਉੱਤੇ ਇਸ ਟਰੱਕ ਨੂੰ ਰੋਕਿਆ ਗਿਆ ਅਤੇ ਹੁਣ ਦੋ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁਲਿਸ ਜੋ ਹੈ ਉਹ ਪੁੱਛਗਿੱਛ ਕਰ ਰਹੀ ਹੈ। ਹਿੰਦੂ ਸੰਗਠਨ ਦੇ ਆਗੂਆਂ ਦਾ ਕਹਿਣਾ ਹੈ ਕਿ ਹੁਣ ਤੱਕ ਕਰੀਬ 30 ਤੋਂ 40 ਟਰੱਕਾਂ ਦੀ ਤਸਕਰੀ ਜੋ ਹੈ ਗਊਆਂ ਦੀ ਭਰ ਭਰ ਕੇ ਕੀਤੀ ਜਾ ਚੁੱਕੀ ਹੈ, ਪਰ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਵਿਵਾਦ ਸੀ ਜੇ ਕਹਿ ਇਹ ਗੱਡੀ ਦੇ ਪਿੱਛੇ ਸੀਗੇ ਅਤੇ ਇਹਨੂੰ ਬਹੁਤ ਵਾਰੀ ਹੱਥ ਦਿੱਤਾ, ਲੇਕਿਨ ਇਹਨੇ ਬਾਈਕ ਥੱਲੇ ਦੇ ਦੇਣੀ ਸੀ ਪਰ ਇਹਨੇ ਰੋਕਿਆ ਨਹੀਂ। ਮਨੀਸ਼ ਜੀ ਦੀ ਬਾਈਕ ਜਿਹੜੇ ਮਰਦੇ ਮਰਦੇ ਬੱਚੇ ਉਹ, ਪਰ ਇਹਨੇ ਹੱਥ ਹਜ਼ਾਰੋਂ ਵਾਰ ਹੱਥ ਜਿੱਤਾ, ਰਸਤੇ ਰੋਕਿਆ ਨਹੀਂ। ਅਸੀਂ ਇੱਥੇ ਆ ਕੇ ਗੱਡੀ ਅੱਗੇ ਲਾਈ ਹੈ, ਮੈਂ ਥੋੜ੍ਹਾ ਲੇਟ ਹੋ ਗਿਆ, ਮੈਂ ਆ ਕੇ ਗੱਡੀ ਅੱਗੇ ਲਾਈ ਹੈ, ਉਦੋਂ ਇਹਨੇ ਗੱਡੀ ਰੋਕੀ। ਇਹ ਜੀ ਦੋ ਬੰਦੇ ਹੈ, ਗੁਰਦਾਸਪੁਰ ਦੇ ਬੰਦੇ ਹੈ ਅਤੇ ਇਹ ਜਿਹਦਾ ਜਿਹੜਾ ਮਾਲਕ ਹੈ ਇਹਦਾ, ਉਹ ਪਹਿਲਾਂ ਵੀ ਇਹ ਜਿਹੜਾ ਹੈ ਸਾਡੀ ਰਡਾਰ ਦੇ ਵਿੱਚ ਹੈ ਅਤੇ ਉਹਨੇ ਪਹਿਲਾਂ ਵੀ ਇੱਥੋਂ ਘੱਟੋ ਘੱਟ 40-50 ਗੱਡੀਆਂ ਜਿਹੜੀ ਹਬੋਰ ਏਰੀਏ ਤੋਂ ਭਰੀ ਹੈ ਅਤੇ ਉਹ ਲੈ ਕੇ ਗਿਆ। ਉਹ ਪਿੱਛੇ ਇੱਥੇ ਆਇਆ ਵੀ ਸੀ ਪਰ ਸਾਡੀ ਰਡਾਰ ਦੇ ਵਿੱਚ ਸੀਗਾ, ਲੇਕਿਨ ਨਿਕਲ ਗਿਆ ਉਹ। ਇਹ ਗੁਰਦਾਸਪੁਰ ਦੇ ਜੀ ਮੁਸਲਮਾਨ ਹੈਗੇ ਦੋਨੇ ਮੁੰਡੇ ਜਿਹੜੇ ਮੁਸਲਮਾਨ ਹੈ ਅਤੇ ਇਹ ਵੈਲ ਟ੍ਰੇਨਡ ਮੁੰਡੇ ਹੈ। ਇਹ ਇੱਕ ਗੇੜਾ ਨਹੀਂ, ਇਹ ਕਈ ਗੇੜੇ ਇੱਥੇ ਲਾ ਚੁੱਕੇ। ਲੋਕਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਇਹ ਕਰਨਾ ਚਾਹੁੰਦੇ ਹਾਂ ਕਿ ਇਹ ਨਾ ਸੋਚੋ ਆਪਾਂ ਕੀ ਲੈਣਾ ਹੈ। ਇਹ ਗਊ ਹੈ ਜਿਹੜੀ ਆਪਣੀ ਮਾਤਾ ਹੈ, ਇਹਦਾ ਦਰਜਾ ਹੈ ਜਿਹੜਾ, ਇਹ ਆਪਣੇ ਧਰਮ ਗ੍ਰੰਥਾਂ 'ਚ ਜੇ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹਦੀ ਕਿੰਨੀ ਕੁ ਅਹਿਮੀਅਤ ਹੈ। ਸਾਰੇ ਦੇਵੀ ਦੇਵਤਾ 33 ਕੋਟੀ ਦੇਵੀ ਦੇਵਤਾ ਇਹਦੇ ਵਿੱਚ ਨਿਵਾਸ ਕਰਦੇ ਹੈ। ਬਹੁਤ ਸਾਰੇ ਲੋਕ ਇਹ ਵੀ ਸੋਚਦੇ ਹੈ ਕਿ ਯਾਰ ਇਹਨਾਂ ਕੋਲੇ ਤਾਂ ਪਤਾ ਨਹੀਂ ਕੀ ਹੋਊਗਾ, ਇਹ ਤਾਂ ਮਾਰ ਦੇਣਗੇ, ਇਹਨੂੰ ਤਾਂ ਹੱਥ ਨਹੀਂ ਦੇਣਾ ਚਾਹੀਦਾ। ਦੇਖੋ ਇਹ ਜੀ ਕੋਈ ਗੱਲ ਨਹੀਂ, ਆਪਾਂ ਇਸ ਏਰੀਏ 'ਚ ਘੱਟੋ ਘੱਟ 15 ਗੱਡੀਆਂ ਫੜ ਚੁੱਕੇ ਹਾਂ ਅਤੇ ਠੀਕ ਹੈ, ਥੋੜ੍ਹਾ ਜਿਹਾ ਤਾਂ ਦੇਖੋ ਹੌਂਸਲਾ ਆਪਾਂ ਨੂੰ ਦਿਖਾਉਣਾ ਹੀ ਪੈਂਦਾ ਹੈ। ਬਾਕੀ ਇਹ ਜੀ ਕੋਈ ਗੱਲ ਨਹੀਂ ਹੈ ਕਿ ਤੁਹਾਨੂੰ ਕੋਈ ਨੁਕਸਾਨ ਪਹੁੰਚੇਗਾ ਜਾਂ ਹੋਰ ਹੈ, ਘਰਾਂ 'ਚੋਂ ਬਾਹਰ ਨਿਕਲੋ ਅਤੇ ਜਿਹੜਾ ਹੈ ਇਹਦਾ ਵਿਰੋਧ ਵੀ ਕਰੋ, ਸਾਡਾ ਸਾਥ ਵੀ ਦਿਓ ਅਤੇ ਘੱਟੋ ਘੱਟ ਹੋਰ ਕੁਝ ਨਹੀਂ ਤਾਂ ਸਾਨੂੰ ਇਨਫੋਰਮੇਸ਼ਨ ਤਾਂ ਜ਼ਰੂਰ ਦਿਓ। ਅਸੀਂ ਜੀ ਇਹਦੀ ਕੰਪਲੇਂਟ ਦਿੱਤੀ ਹੈ, ਹਰੇਕ ਜਿਹੜੀ ਗੱਡੀ ਹੈ ਉਹ ਅਸੀਂ ਉਹਨੂੰ ਅੰਦਰ ਕਰਵਾਇਆ, ਉਹ 'ਤੇ ਕਾਨੂੰਨੀ ਤੌਰ 'ਤੇ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਅਸੀਂ ਕਾਰਵਾਈਆਂ ਕਰਵਾਈਆਂ। ਕੋ ਮੇਰੇ ਤੋਂ ਪੁੱਛੋ ਤਾਂ ਘੱਟੋ ਘੱਟ ਫਾਂਸੀ ਦੀ ਸਜ਼ਾ, ਕਿਉਂਕਿ ਇਹ ਸਾਡੀ ਮਾਂ ਹੈ। ਅੱਜ ਮੇਰੀ ਮਾਂ ਨੂੰ ਅਗਰ ਕੋਈ ਮਾਰਦਾ ਹੈ ਤਾਂ ਪਹਿਲਾਂ ਤਾਂ ਮੈਂ ਇਹ ਹੈ ਕਿ ਉਹ ਜਿਹੜਾ ਹੈ ਮੇਰਾ ਇਹ ਹੱਕ ਬਣਦਾ ਹੈ ਆਤਮ ਰਕਸ਼ਾ ਦੇ ਵਿੱਚ, ਜਿਹੜਾ ਹੈ ਇਹਨਾਂ ਨੂੰ ਮਾਰੋ।
ਨਹੀਂ ਤਾਂ ਆਤਮ ਰਕਸ਼ਾ ਨਹੀਂ ਕਰ ਸਕਦੇ ਤੁਸੀਂ, ਸਮਰਥ ਨਹੀਂ, ਕਿਉਂਕਿ ਗਊ ਮਾਤਾ ਹੈ, ਉਹ ਬੋਲ ਨਹੀਂ ਸਕਦੀ ਹੈ ਵਿਚਾਰੀ, ਉਹ ਲਾਚਾਰ ਹੈ, ਤੇ ਜੇ ਉਹ ਨਹੀਂ ਕਰ ਸਕਦੇ ਤੁਸੀਂ ਤੇ ਇਹਨਾਂ ਤੇ ਜਿਹੜਾ ਹੈ ਇੱਕ ਸਖਤ ਕਾਨੂੰਨ, ਜਿਹੜਾ ਪੰਜਾਬ ਸਰਕਾਰ ਨੂੰ ਮੈਂ ਨਿਵੇਦਨ ਕਰੂੰਗਾ ਕਿ ਇਹਦੇ ਉੱਤੇ ਜਿੰਨਾ ਹੋ ਸਕੇ ਇੱਕ ਸਖਤ ਤੋਂ ਸਖਤ ਕਾਨੂੰਨ ਜਿਹੜਾ ਬਣਨਾ ਚਾਹੀਦਾ ਹੈ, ਤੇ ਨਹੀਂ ਤਾਂ ਸਾਨੂੰ ਗੋ ਰਕਸ਼ਕ ਹੈ ਜਿਹੜੀ, ਉਹਨਾਂ ਨੂੰ ਤੁਸੀਂ ਪਾਵਰ ਦਿਓ, ਫੜਾਂਗੇ ਪੁਲਿਸ ਦਾ ਅਸੀਂ ਫੜਾਂਗੇ। ਮਾਮਲਾ ਜੀ, ਪਿੱਛੋਂ ਆ ਰਹੀ ਸੀ ਗੱਡੀ ਗਊਆਂ ਦੇ ਭਰੀ ਕੇ, ਤੇ ਪਿੱਛੋਂ ਕੁਛ ਆਪਣੇ ਗੋਸ਼ਲਾਂ ਵਿੱਚ ਲੱਗੇ ਸੀ, ਤੇ ਉਹਨਾਂ ਆ ਕੇ ਪਿੱਛੇ ਅਫਸਰਾਂ ਨੂੰ ਫੋਨ ਕੀਤਾ, ਅਫਸਰਾਂ ਸਾਡੇ ਪੀ ਸੀ ਆਰ ਤੇ, ਅਸੀਂ ਆ ਗਏ ਤੇ ਗੱਡੀ ਰੋਕ ਲਈ ਹੈ, ਰੋਕ ਕੇ ਗੱਡੀ ਤੇ ਡਰਾਈਵਰ ਕੰਡਰ ਨੂੰ ਅਸੀਂ ਕਾਬੂ ਕਰ ਲਿਆ। ਹਾਂ, ਉਹਨਾਂ ਦਾ ਨਾਮ ਪਤਾ ਪੁੱਛ ਕੇ ਕਿ ਕਿੰਨੀਆਂ ਗਊਆਂ ਲੋੜ ਨੇ, ਜੋ ਵੀ ਗਊਆਂ ਦੇ ਵਿੱਚ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ, ਚੱਲ ਜੋ ਵੀ ਹੈ ਜਿੱਥੋਂ ਲੋੜ ਕੀਤਾ ਜੋ ਵੀ ਹੈ ਉਹਨਾਂ ਜੋ ਵੀ ਹੈ ਉਹ ਕਾਰਵਾਈ ਕੀਤੀ ਜਾਏਗੀ।